ਸਭ ਤੋਂ ਵੱਡੇ ਪਾਵੀ ਗੁਰਸਿੱਖਾਂ ਕੇ ਸਭ ਤੋਂ ਵੱਡੇ ਜੋ ਗੁਰਚਰਣੀ ਗੁਰਚਰਣੀ ਜੋ ਗੁਰਚਰਣੀ ਸਿੱਖ ਪੜਤੇ ਆ ਗੁਰਚਰਣੀ ਸਿੱਖ ਪੜਤੇ ਆ ਬੋਲੋ ਜੀ ਸਭ ਤੋਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਨ੍ਹਾਂ ਨਹੀਂ ਲਾਈ ਹਾਜ਼ਰੀ ਉਹ ਵੀ ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਇੱਕ ਲੜੀਵਾਰ ਪ੍ਰਕਰਣ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਉਹਨਾਂ ਦੀਆਂ ਸੰਗਤਾਂ ਦੀ ਕਿਰਪਾ
ਮਹਾਰਾਜ ਜੀ ਇਸ ਪ੍ਰਕਰਨ ਦੀ ਸੇਵਾ ਲੈ ਰਹੇ ਨੇ। ਗੁਰਸਿੱਖ ਕਹਿੰਦੇ ਕਿਨੂੰ? ਇਹਦੀਆਂ ਦੋ ਨਿਸ਼ਾਨੀਆਂ ਆਪ ਜੀ ਸਰਵਣ ਕਰ ਚੁੱਕੇ ਹੋ। ਅੱਜ ਤੀਜੀ ਦੀ ਵਾਰੀ ਹੈ। ਕੁਝ ਨਵੇਂ ਆਏ ਹੁੰਦੇ ਨੇ, ਦੋ ਨਿਸ਼ਾਨੀਆਂ ਕੇਵਲ ਬੋਲ ਕੇ ਫਿਰ ਤੀਜੀ ਦੀ ਮਹਾਰਾਜ ਸੇਵਾ ਲੈਣ ਆ ਜੀ। ਗੁਰਸਿੱਖ ਦੀ ਪਹਿਲੀ ਨਿਸ਼ਾਨੀ ਸੁਣਿਓ, ਵੀ ਅਰਦਾਸਾਂ ਕਰਿਓ, ਇਹ ਆ ਵੀ ਜਾਣ। ਗੁਰਸਿੱਖ ਦੀ ਪਹਿਲੀ ਨਿਸ਼ਾਨੀ ਹਰ ਵੇਲੇ ਸੁਚੇਤ ਰਹਿ ਕੇ ਆਪਣੇ ਸਵਾਸਾਂ ਨੂੰ ਸਫਲਾ ਕਰਦਾ। ਗੱਜ ਕੇ ਆਖੋ ਸਤਨਾਮ। ਇਹ ਜਦੋਂ ਦੀ ਨਿਸ਼ਾਨੀ ਲੱਗੀ ਹੈ, ਕਈ ਵੀਰਾਂ ਨਾਲ ਸੰਪਰਕ ਹੋਇਆ, ਕਹਿੰਦੇ ਜਦੋਂ ਦੀ ਇਹ ਨਿਸ਼ਾਨੀ ਸਰਵਣ ਕੀਤੀ ਹੈ, ਜੇ ਇੱਕ ਘੰਟਾ ਅਕਾਊਂਟ ਵੀ ਲਿਖਣਾ ਹੁੰਦਾ ਕੋਈ ਅਕਾਊਂਟ ਵੀ, ਤੇ ਥੋੜ੍ਹਾ ਜਿਹਾ ਸੁਚੇਤ ਰਹਿੰਦੇ ਹਾਂ ਕਿ ਅਕਾਊਂਟ ਵੀ ਲਿਖੀ ਜਾਈਏ ਅਤੇ ਨਾਲ ਨਾਲ ਵਾਹਿਗੁਰੂ ਜਿਹੜਾ ਹੈ ਉਹ ਵੀ ਚੱਲਦਾ ਰਹੇ। ਆਖੋ ਸਤਨਾਮ। ਥੋੜ੍ਹਾ ਜਿਹਾ ਸੁਚੇਤ ਰਹਿਣਾ ਪੈਂਦਾ, ਮੇਰਾ ਕੋਈ ਸਵਾਸ ਅਜਾਇਆ ਨਾ ਜਾਵੇ। ਔਰ ਇਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਉਚਾਰਨ ਕੀਤਾ, ਆਠ ਪੈਰ ਪ੍ਰਭ ਬੱਸੇ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ, ਜਿਹੜਾ ਅੱਠੇ ਪੈਰ ਹਜੂਰੀ 'ਚ ਰਹੇ, ਥੋੜ੍ਹਾ ਜਿਹਾ ਸੁਚੇਤ ਰਹੇ। ਇਹ ਗੁਰਸਿੱਖ ਦੀ ਪਹਿਲੀ ਨਿਸ਼ਾਨੀ ਹੈ। ਹੁਣੇ ਇੱਥੇ ਭੋਗ ਪਏਗਾ ਨਾ, ਹੋਰ 20-25 ਮਿੰਟ ਬਾਅਦ। ਹੁਣ ਜਿਹੜੇ ਤੁਹਾਡੇ 'ਚੋਂ ਸੁਚੇਤ ਨੇ, ਉਹ ਥ੍ਰੀ ਵੀਲਰ 'ਚ ਬੈਠਣ ਵੇਲੇ ਵੀ, ਬੱਸ 'ਚ ਬੈਠਣ ਵੇਲੇ ਵੀ, ਕਾਰ 'ਚ ਬੈਠ ਕੇ ਜਾਣ ਵੇਲੇ ਵੀ ਸੁਚੇਤ ਰਹਿਣਗੇ, ਰਸਤੇ ਵਿੱਚ ਵੀ ਕੋਈ ਸਵਾਸ ਬਿਰਥਾ ਨਾ ਚਲਾ ਜਾਵੇ। ਕਿਰਪਾ ਹੋ ਜੀ। ਇਹ ਥੋੜ੍ਹੇ ਦਿਨ ਹੋਏ ਨੇ, ਜਲੰਧਰ ਤੋਂ ਇੱਕ ਪਰਿਵਾਰ ਬਾਬਾ ਦੀਪ ਸਿੰਘ ਦੇ ਦਰ 'ਤੇ ਆਉਂਦਾ ਹਫ਼ਤੇ 'ਚ ਦੋ ਵਾਰੀ। ਮੈਨੂੰ ਕਹਿੰਦੇ ਇੱਕ ਗੱਲ ਪੁੱਛਣੀ, ਕਹਿੰਦੇ ਮੈਂ ਕਿਹਾ ਕੀ? ਕਹਿੰਦੇ ਅਸੀਂ ਹਫ਼ਤੇ 'ਚ ਦੋ ਵਾਰੀ ਆਉਂਦੇ ਹਾਂ ਅਤੇ ਬਾਬਾ ਦੀਪ ਸਿੰਘ ਦੇ ਦਰ 'ਤੇ ਪਹੁੰਚਣ ਤੋਂ ਬਾਅਦ ਤਿੰਨ ਘੰਟੇ ਉੱਥੇ ਚੌਂਕੜਾ ਮਾਰ ਬਾਣੀ ਅਭਿਆਸ। ਮੈਨੂੰ ਕਹਿੰਦੇ ਵੀ ਸਾਡੀ ਚੁਪਹਿਰੇ ਦੀ ਹਾਜ਼ਰੀ ਲੱਗ ਜਾਏਗੀ। ਹੱਕ ਸਤਨਾਮ। ਹੁਣ ਚੁਪਹਿਰਾ ਹੁੰਦਾ 6 ਘੰਟੇ ਦਾ, ਹਰ ਐਤਵਾਰ 10 ਵਜੇ ਸ਼ੁਰੂ ਹੁੰਦਾ, 4 ਵਜੇ ਅਰਦਾਸ ਹੁੰਦੀ। ਮੈਂ ਕਿਹਾ ਜੀ ਉਹ ਕਿਵੇਂ, ਤੁਸੀਂ 3 ਘੰਟੇ ਅਤੇ ਚੁਪਹਿਰੇ ਦੀ ਹਾਜ਼ਰੀ ਕਿਵੇਂ? ਜਿਹੜੀ ਅਗਲੀ ਗੱਲ ਕਹੀ ਉਹਨਾਂ, ਮੇਰਾ ਸਿਰ ਝੁਕਿਆ। ਮੈਂ ਕਿਹਾ ਜੀ ਉਹ ਚੁਪਹਿਰੇ ਦੀ ਹਾਜ਼ਰੀ ਕਿਵੇਂ? ਕਹਿੰਦੇ ਜਲੰਧਰੋਂ ਅਸੀਂ ਜਦੋਂ ਕਾਰ 'ਚ ਬਹਿੰਦੇ ਹਾਂ, ਡਰਾਈਵਰ ਕਾਰ ਚਲਾ ਰਿਹਾ ਹੁੰਦਾ ਅਤੇ ਅਸੀਂ ਬੈਨ ਲਾ ਲੈਂਦੇ ਹਾਂ, ਕੋਈ ਫੋਨ ਅਟੈਂਡ ਨਹੀਂ ਕਰਨਾ, ਕਿਸੇ ਨਾਲ ਗੱਲ ਨਹੀਂ ਕਰਨੀ। ਜਲੰਧਰ ਤੋਂ ਹੀ ਅੰਮ੍ਰਿਤਸਰ ਤੱਕ ਜਿਹੜਾ 1.5 ਘੰਟਾ ਲੱਗਦਾ ਹੈ, ਅਸੀਂ ਜਪਜੀ ਸਾਹਿਬ, ਚੌਪਈ ਸਾਹਿਬ ਅਤੇ ਸਿਮਰਨ ਕਰਦੇ ਆਉਂਦੇ ਹਾਂ, ਧਿਆਨ ਦੇਣਾ।
ਸੁਚੇਤਾ ਇਹ ਲਿਆਓਗੇ ਤੇ ਕੰਮ ਚੱਲੇਗਾ। ਮਨ ਇਹਨੂੰ ਟੀ ਵੀ ਤੇ ਦੂਜੇ ਪ੍ਰੋਗਰਾਮਾਂ ਲਾ ਲਓ ਉੱਧਰ ਲੱਗ ਜਾਏਗਾ, ਚੰਗਿਆ ਲਾ ਲਓ ਉੱਧਰ ਲੱਗ ਜਾਏਗਾ। ਮਨ ਇਹਦੀ ਨੀਂਦਰ 10 ਘੰਟੇ ਬਣਾ ਲਓ 10 ਬਣ ਜੂ, 8 ਬਣਾ ਲਓ 8 ਬਣ ਜੂ, 6 ਬਣਾ ਲਓ 6 ਬਣ ਜੂ, ਥੋੜ੍ਹਾ ਜਿਹਾ ਜਿੱਥੇ ਨੂੰ ਆਦਤ ਪਾ ਦੋਗੇ ਪੈ ਜਾਏਗੀ। ਉਹ ਕਹਿੰਦੇ ਵੀ ਅਸੀਂ ਇੱਕ ਬੈਨ ਲਾਇਆ ਵੀ ਗੱਡੀ 'ਚ, ਡਰਾਈਵਰ ਪਾਇਲਟ ਆਪਣਾ ਚਲਾ ਰਿਹਾ, ਅਸੀਂ ਕੀ ਕਰਨਾ, ਗੱਲਾਂ ਹੀ ਮਾਰਨੀ। ਉਹ 1.5 ਘੰਟਾ ਸੀ ਜਪਜੀਤ ਸਾਹਿਬ 'ਚ, ਭਾਈ ਸਾਹਿਬ ਬੜੇ ਆਪਣੇ ਰਸ ਵਿੱਚ, ਦਿਲ ਕਰੇ ਨੇਤਰ ਬੰਦ ਕਰ ਲੈਂਦੇ ਹਾਂ, ਦਿਲ ਕਰੇ ਖੋਲ੍ਹ ਲੈਂਦੇ ਹਾਂ, ਸਾਈਂ ਚੱਲਦਾ, ਸਾਈਂ ਨੇਤਰਾਂ ਚੱਲਦਾ, ਵਿੱਚ ਅੱਖੀ ਗੁਰ ਪੈਰ ਧਰਾਈ ਚੱਲਦਾ। ਅਤੇ ਕਹਿੰਦੇ 3 ਘੰਟੇ ਬਾਬਾ ਜੀ ਦੇ ਦਰ 'ਤੇ, ਬਾਬਾ ਦੀਪ ਸਿੰਘ ਜੀ ਦੇ, ਵਾਪਸੀ ਵੀ ਜਦੋਂ ਫਿਰ ਅਸੀਂ ਦੇਖ ਕਰਾ ਕੇ ਅਰਦਾਸ ਕਰਕੇ ਗੱਡੀ 'ਚ ਬਹਿੰਦੇ ਹਾਂ, ਜਦੋਂ ਗੱਡੀ ਚਾਟੀ ਮੇਨ ਗੇਟ ਤੋਂ ਜਲੰਧਰ ਨੂੰ ਸਟਾਰਟ ਹੁੰਦੀ, ਫਿਰ ਬੈਨ ਲਾ ਲੈਂਦੇ ਹਾਂ ਵੀ ਹੁਣ ਰਾਹ ਵਿੱਚ ਕੋਈ ਗੱਲ ਨਹੀਂ, ਆਖੋ ਸਤਨਾਮ। ਮੈਨੂੰ ਕਹਿੰਦੇ ਸਾਡੀ ਚੁਪਹਿਰੇ ਦੀ ਹਾਜ਼ਰੀ, ਮੈਂ ਸੱਚ ਕਹਿੰਦਾ ਮੈਂ ਉਹਨਾਂ ਦੇ, ਉਹਨਾਂ ਭਾਵੇਂ ਫੀਲ ਕੀਤਾ, ਮੈਂ ਉਹਨਾਂ ਦੇ ਪੈਰਾਂ ਨੂੰ ਹੱਥ ਲਾ ਦਿੱਤਾ। ਮੈਂ ਕਿਹਾ ਇਸ ਤਰ੍ਹਾਂ ਵੀ ਤੁਸੀਂ ਹਾਜ਼ਰੀ ਲਾ ਰਹੇ ਹੋ, ਬਾਬਾ ਦੀਪ ਸਿੰਘ ਤੁਹਾਡੀ ਹਾਜ਼ਰੀ ਪਹਿਲੇ ਪ੍ਰਵਾਨ ਕਰਨਾ। ਇੱਕ ਸੁਚੇਤਤਾ ਤੇ ਬਣਾਈ, ਚੁਪਹਿਰਾ ਤੇ ਇੱਕ ਬਹਾਨਾ ਹੀ ਹੈ ਨਾ, ਵੀ ਕਿਸੇ ਬਹਾਨੇ ਅਸੀਂ ਜੁੜੀਏ, ਗੱਲ ਤਾਂ ਜੁੜਨ ਦੀ ਨਾ, ਤੁਰਨ ਦੀ। ਜਿਤਨੀਆਂ ਮੇਰੀਆਂ ਬੀਬੀਆਂ ਭੈਣਾਂ, ਕੋਈ ਬਟਾਲੇ ਤੋਂ ਆਏ ਹੋ, ਕੋਈ ਟਾਂਗਰੇ ਤੋਂ ਆਏ ਹੋ, ਕੋਈ ਛੱਜਲ ਵੱਡੀ ਤੋਂ ਆਏ ਹੋ, ਕੋਈ ਧੋਲਕੇ ਤੋਂ ਆਏ ਹੋ, ਕੋਈ ਕਿਸੇ ਪਿੰਡਾਂ ਤੋਂ, ਕਈ ਵਾਰ ਆਉਂਦੇ ਆਉਂਦਿਆਂ ਘੰਟਾ ਘੰਟਾ ਲੱਗ ਜਾਂਦਾ। ਇਹ ਪਹਿਲੀ ਗੁਰਸਿੱਖ ਦੀ ਨਿਸ਼ਾਨੀ, ਉਹ ਹਰ ਵੇਲੇ ਸੁਚੇਤ ਰਹਿੰਦਾ, ਸਵਾਸਾਂ ਨੂੰ ਸਫਲਾ ਕਰਦਾ, ਸੰਭਾਲਦਾ, ਅਜਾਇਆ ਨਹੀਂ ਜਾਣ ਦਿੰਦਾ। ਕਿਉਂਕਿ ਸਭ ਤੋਂ ਮਹਿੰਗੀ ਵਸਤੂ ਇਸ ਧਰਤੀ 'ਤੇ ਸਵਾਸ ਨੇ। ਕੋਈ ਬੰਦੇ ਦੀ ਮੌਤ ਆਉਣ ਲੱਗੇ, 10 ਲੱਖ ਵੀ ਢੇਰੀ ਕਰ ਦਿਓ ਅਤੇ ਕਹਿ ਦਿਓ ਹਫ਼ਤੇ ਦੇ ਸਵਾਸ ਉਧਾਰੇ ਮਿਲ ਜਾਣ, ਇਹ ਮੁੱਲ ਨਹੀਂ ਮਿਲਦੇ, ਨਹੀਂ ਮਿਲਦੇ। ਔਰ ਸਭ ਤੋਂ ਜ਼ਿਆਦਾ ਸਪੀਡ 'ਤੇ ਖਰਚ ਹੋ ਰਹੇ ਨੇ 24,000 ਰੋਜ਼ ਦੇ। ਇਹ ਗੁਰਸਿੱਖ ਦੀ ਪਹਿਲੀ ਨਿਸ਼ਾਨੀ, ਸੁਚੇਤ ਰਹਿੰਦਾ ਹਰ ਵੇਲੇ, ਜਿੰਨੀ ਕੁ ਕੋਸ਼ਿਸ਼ ਕਰੇ ਇਹਨਾਂ ਨੂੰ ਸਫਲਿਆਂ ਕਰਦਾ। ਅਤੇ ਗੁਰਸਿੱਖ ਦੀ ਦੂਜੀ ਨਿਸ਼ਾਨੀ, ਜੋ ਪਿਛਲੇ ਵੀਰਵਾਰ ਆਪ ਜੀ ਨੇ ਸਰਵਣ ਕੀਤੀ, ਮਨ ਕਰੰਟ ਲੱਗ ਜਾਂਦਾ ਦੂਜੀ ਨਿਸ਼ਾਨੀ ਸੁਣ ਕੇ ਵੀ। ਅਰਦਾਸਾਂ ਕਰਿਓ ਮੇਰੀ ਵੀ ਅਤੇ ਤੁਹਾਡੀ ਵੀ, ਇਹ ਕਿਰਪਾ ਹੋਵੇ, ਕੇਵਲ ਪਹਿਰਾਵਾ ਨਾ ਰਹੇ, ਅਸਲੀਅਤ ਆ ਜਾਏ। ਗੁਰਸਿੱਖ ਦੀ ਦੂਸਰੀ ਨਿਸ਼ਾਨੀ, ਗੁਰਸਿੱਖ ਸੁਰਤੀ ਵਿੱਚ ਵੀ ਕਿਸੇ ਦਾ ਬੁਰਾ ਨਹੀਂ ਬਣਦਾ। ਸਾਰੀ ਐਸੋਸੀਏਸ਼ਨ ਪ੍ਰੋਗਰਾਮ ਹੀ ਕਰਾ ਰਹੀ ਸਰਬੱਤ ਦਾ ਭਲਾ, ਸੁਰਤੀ ਵਿੱਚ ਵੀ ਕਿਸੇ ਦਾ ਬੁਰਾ ਨਹੀਂ ਮੰਗਦਾ, ਇਹਦਾ ਕੀ ਅਰਥ ਹੈ? ਜੜੀ ਵੱਢਤੀ ਆਖੋ ਸਤਨਾਮ। ਤੁਸੀਂ ਹੱਥਾਂ ਨਾਲ ਕਿਸੇ ਦਾ ਬੁਰਾ ਕਰੋ, ਰਸਨਾ ਨਾਲ ਕਿਸੇ ਦਾ ਬੁਰਾ ਕਰੋ, ਕਿਸੇ ਹੋਰ ਢੰਗ ਨਾਲ ਬੁਰਾ ਕਰੋ, ਪਹਿਲੇ ਤੁਹਾਡੇ ਦਿਮਾਗ 'ਚ ਆਉਂਦਾ, ਸੁਰਤੀ 'ਚ ਆਉਂਦਾ, ਗੁਰਸਿੱਖ ਸੁਰਤੀ ਇਹਦੀ ਜੜ ਹੀ ਨਹੀਂ ਬਣਨ ਦਿੰਦਾ। ਅਤੇ ਆਓ ਗੁਰਸਿੱਖ ਦੀ ਤੀਜੀ ਨਿਸ਼ਾਨੀ, ਮਹਾਰਾਜ ਅੱਜ ਸੇਵਾ ਲੈਣ, ਇੱਕ ਵਾਰੀ ਕਿਰਪਾ ਕਰਿਓ ਸਾਰੇ ਜੀ। ਸਭ ਤੋਂ ਵੱਡੇ ਪਹਾੜ ਗੁਰਸਿੱਖਾਂ ਦੇ, ਹਾਂ ਸਭ ਤੋਂ ਗੁਰਚਰਣੀ 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 ਸਿੱਖ ਪੜਦੇ ਆਂ, ਜੋ ਗੁਰਚਰਣੀ ਸਿੱਖ ਪੜਦੇ ਆਂ, ਸਭ ਤੋਂ ਵੱਡੇ ਪਹਾੜ ਗੁਰ
ਪਹਿਲੀ ਨਿਸ਼ਾਨੀ ਸੁਚੇਤ ਰਹਿ ਕੇ ਸਵਾਸਾਂ ਨੂੰ ਸੰਭਾਲਦਾ ਹੈ। ਗੁਰਸਿੱਖ ਦੀ ਦੂਜੀ ਨਿਸ਼ਾਨੀ ਸੁਰਤੀ ਵਿੱਚ ਵੀ ਕਿਸੇ ਦਾ ਬੁਰਾ ਨਹੀਂ ਮੰਨਦਾ, ਕਿਸੇ ਦਾ ਬੁਰਾ ਨਹੀਂ ਮੰਨਦਾ। ਮੈਂ ਸੱਚ ਕਹਿੰਦਾ, ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਹੀਂ ਜੇ ਧਰਤੀ। ਸਾਰੇ ਵਰਲਡ ਦੀਆਂ ਜੰਗਾਂ ਪੜ੍ਹ ਲਓ, ਆ ਜੰਗ ਕਿਤੇ ਨਹੀਂ ਪੜੋਗੇ ਕਿ ਗੁਰੂ ਗੋਬਿੰਦ ਸਿੰਘ ਤੀਰ ਚਲਾਉਂਦੇ ਸੀ ਤੇ ਸਵਾ ਤੋਲਾ ਸੋਨਾ ਤੀਰ ਨੂੰ ਲੱਗਾ ਹੁੰਦਾ ਤੇ ਹੱਦ ਹੋ ਗਈ। ਮਹਾਰਾਜ ਤੀਰ ਨੂੰ ਸੋਨਾ, ਇਹ ਕੀ ਕਹਿੰਦੇ? ਜਿਹਦੇ ਤੇ ਤੀਰ ਚਲਾ ਰਹੇ ਹਾਂ ਉਹਦੇ ਨਾਲ ਕੋਈ ਵੈਰ ਨਹੀਂ, ਕੋਈ ਵੈਰ ਨਹੀਂ, ਕੇਵਲ ਜ਼ੁਲਮ ਕਰਨ ਵਾਲੇ ਵੱਲੋਂ ਆਇਆ ਤਾਂ ਤੀਰ ਮਾਰਨਾ ਪੈ ਰਿਹਾ, ਸਵਾ ਤੋਲਾ ਸੋਨਾ ਤਾਂ ਲਾਇਆ। ਇਹਦੀ ਮੌਤ ਹੋ ਜਾਵੇ ਤੇ ਖੱਫਣ ਦਾ ਪ੍ਰਬੰਧ ਹੋ ਸਕੇ, ਜ਼ਖਮੀ ਹੋ ਜਾਵੇ ਤੇ ਦਵਾ ਦਾਰੂ ਦਾ ਪ੍ਰਬੰਧ। ਗੱਜ ਕੇ ਆਖੋ ਸਤਿਨਾਮ। ਬੁਰਾ ਨਹੀਂ ਕਿਸੇ, ਮਾੜਾ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਹੈ ਹੀ ਕੋਈ ਨਹੀਂ। ਜੰਗ ਦੇ ਮੈਦਾਨ ਵਿੱਚ ਵੀ ਸਰਬੱਤ ਦਾ ਭਲਾ, ਹੱਦ ਹੋ ਗਈ, ਕਿਆ ਬਾਤ ਹੈ। ਅਤੇ ਹੁਣ ਤੀਜੀ ਨਿਸ਼ਾਨੀ ਵੀ ਮੈਨੂੰ ਤਾਂ ਬੜੀ ਪਿਆਰੀ ਲੱਗੀ। ਤੁਸੀਂ ਸੀਸ ਦਿਓਗੇ, ਮੰਨੋਗੇ ਵੀ ਜਿੰਨੇ ਸਟੇਜ 'ਤੇ ਬੈਠੇ ਸਾ ਦਾਸ ਦੇ ਸਾਥੀ ਵਾਹਿਗੁਰੂ ਮੈਨੂੰ ਵੀ ਇਹਨਾਂ ਨੂੰ ਵੀ ਮਨਾਵੇ, ਤੁਹਾਨੂੰ ਵੀ। ਗੁਰਸਿੱਖ ਦੀ ਤੀਜੀ ਨਿਸ਼ਾਨੀ, ਓਹੋ ਬੜੇ ਧਿਆਨ ਨਾਲ ਸੁਣਿਓ। ਗੁਰਸਿੱਖ ਦੀ ਤੀਜੀ ਨਿਸ਼ਾਨੀ ਇਕਾਂਤ ਵਿੱਚ ਵੀ, ਬੜੇ ਧਿਆਨ ਨਾਲ ਸੁਣਿਓ, ਇਕਾਂਤ ਵਿੱਚ ਵੀ ਮਾੜਾ ਕੰਮ, ਇਕਾਂਤ ਵਿੱਚ ਵੀ ਮਾੜਾ ਕਰਮ ਕਰਨ ਤੋਂ ਡਰਦਾ ਹੈ। ਕਹਿ ਕੇ ਆਖੋ ਸਤਨਾਮ। ਬਹੁਤ ਧਿਆਨ ਦੇਣਾ। ਕਈ ਵਾਰੀ ਦਸ ਬੰਦੇ ਖੜੇ ਹੋਣ, ਆਪਾਂ ਬੜਾ ਧਿਆਨ ਰੱਖਦੇ ਹਾਂ ਹਰਕਤ ਦਾ, ਮਾੜਾ ਕਰਨ ਦਾ, ਅਤੇ ਕਈ ਵਾਰੀ ਇਕੱਲਿਆਂ ਹੁੰਦੇ, ਇਕੱਲਿਆਂ ਗਲਤ ਪਿਕਚਰ ਲੱਗ ਜਾਂਦੀ, ਇਕੱਲਿਆਂ ਕਈ ਵਾਰੀ ਗਲਤ ਕਾਰਜ ਹੋ ਜਾਂਦੇ। ਗੁਰਸਿੱਖ ਦੀ ਤੀਜੀ ਨਿਸ਼ਾਨੀ ਇਕਾਂਤ ਵਿੱਚ ਵੀ ਮਾੜਾ ਕਰਮ ਕਰਨ ਤੋਂ ਡਰਦਾ। ਬਹੁਤ ਧਿਆਨ ਦੇਣਾ। ਹੁਣ ਮੈਂ ਇੱਕ ਆਪ ਜੀ ਨੂੰ ਛੋਟੀ ਜਿਹੀ ਬੇਨਤੀ, ਇਹ ਤੁਸੀਂ ਅੱਗੇ ਸੁਣਦੇ ਹੀ ਹੋ। ਜੇ ਪਿਓ ਨੂੰ ਮਿਲਣਾ ਤਾਂ ਪੌੜੀਆਂ ਹੈਗੀਆਂ, ਇਹ ਤਾਂ ਰਾਹ ਪੱਤ ਪੌੜੀਆਂ ਚੜੀਏ ਹੋਏ, ਉਹ ਪੌੜੀ ਦਇਆ ਦੀ ਵੀ ਹੈ, ਧੀਰਜ ਦੀ ਵੀ ਹੈ, ਘੱਟ ਖਾਣ ਦੀ ਵੀ ਹੈ, ਘੱਟ ਬੋਲਣ ਦੀ ਵੀ ਹੈ, ਘੱਟ ਸੌਣ ਦੀ ਵੀ ਹੈ, ਬਰਦਾਸ਼ਤ ਸ਼ਕਤੀ ਦੀ ਵੀ ਹੈ, ਹਿੰਮਤ ਦੀ ਵੀ ਹੈ, ਧੀਰਜ ਦੀ ਵੀ ਹੈ, ਚੜ੍ਹਦੀ ਕਲਾ ਦੀ ਵੀ ਹੈ, ਗੁਰੂ ਨੂੰ ਪਛਾਣਨ ਦੀ ਵੀ ਹੈ, ਸੰਤੋਖ ਦੀ ਵੀ ਹੈ। ਜਿੰਨੀ ਸੰਗਤ ਅਗਰ ਚਾਹੁੰਦੇ ਹੋ ਇਹ ਪੌੜੀ ਚੜ੍ਹ ਜਾਵਾਂ, ਇਕਾਂਤ ਵਿੱਚ ਵੀ ਮਾੜਾ ਕੰਮ ਕਰਨ ਤੋਂ ਮੈਨੂੰ ਡਰ ਲੱਗੇ, ਇਹ ਉਹਨੂੰ ਲੱਗੇਗਾ ਜਿਹੜਾ ਇਹ ਪੌੜੀ ਚੜ੍ਹਿਆ ਹੋਏਗਾ ਕਿ ਮੇਰਾ ਗੁਰੂ ਹਰ ਵੇਲੇ ਮੈਨੂੰ ਵੇਖਦਾ ਪਿਆ। ਕੱਜ ਗਿਆ ਹੋ ਸਕਦਾ, ਬਹੁਤ ਧਿਆਨ ਦੇਣਾ। ਜੇ ਇਹ ਪੌੜੀ ਚੜ੍ਹੋਗੇ, ਚੜ੍ਹਨਾ ਚਾਹੁੰਦੇ ਹੋ ਇਕਾਂਤ ਵਿੱਚ ਵੀ ਮਾੜਾ ਕੰਮ ਕਰਨ ਤੋਂ, ਅਸੀਂ ਡਰੀਏ, ਇਹ ਉਹ ਚੜ੍ਹ ਸਕਦਾ, ਇਹ ਨਿਸ਼ਾਨੀ ਦੀ ਖੁਸ਼ਬੂ ਉਹਦੇ 'ਚੋਂ ਆ ਸਕਦੀ ਹੈ। ਜਿਹੜਾ ਆਹ ਪੌੜੀ ਚੜ੍ਹ ਜੇ, ਮੇਰਾ ਗੁਰੂ ਹਰ ਜਗ੍ਹਾ ਮੈਨੂੰ ਵੇਖ ਰਿਹਾ, ਪਤੀ ਵੇਖੇ ਨਾ ਵੇਖੇ, ਮਾਂ ਵੇਖੇ ਨਾ ਵੇਖੇ, ਭਰਾ ਵੇਖੇ ਨਾ ਵੇਖੇ, ਇਹ ਪੌੜੀ ਚੜ੍ਹ ਜਾਵਾ ਜੇ ਉਹ ਵੇਖ ਰਿਹਾ।
ਚੜ੍ਹ ਜਾਓਗੇ ਤਾਂ ਫਿਰ ਤੁਹਾਨੂੰ ਕਦੀ ਕਾਂਤ ਵਿੱਚ ਵੀ ਮਾੜਾ ਕੰਮ ਨਹੀਂ ਕਰੋਗੇ, ਕਿਉਂ ਉਹ ਵੇਖ ਰਿਹਾ ਇਹ ਪੌੜੀ 'ਚ ਚੜ੍ਹ ਜਾਓ। ਇਸ ਬਾਰੇ ਮਹਾਂਪੁਰਸ਼ਾਂ ਦੇ ਖੋਜੀਆਂ ਦੇ ਤਿੰਨ ਬਚਨ ਨੇ, ਉਹ ਕੀ ਕਹਿੰਦੇ, ਗੁਰੂ ਦਾ ਸਿੱਖ ਤਨ ਕਰਕੇ ਭਾਵੇਂ ਗੁਰੂ ਤੋਂ ਦੂਰ ਹੋ ਜਾਏ ਪਰ ਕੋਸ਼ਿਸ਼ ਕਰੇ ਮਨ ਕਰਕੇ ਕਦੀ ਗੁਰੂ ਤੋਂ ਦੂਰ ਨਾ ਹੋ। ਆਖੋ ਸਾਹਿਬ, ਮਨ ਕਰਕੇ ਗੁਰੂ ਨੂੰ ਨੇੜੇ ਸਮਝੇ। ਦੂਜਾ ਬਚਨ ਮਹਾਂਪੁਰਸ਼ਾਂ ਦਾ ਕਹਿੰਦੇ, ਜਿਹੜਾ ਬਾਣੀ ਪੜ੍ਹਦਾ ਇਹ ਵੀ ਬਖਸ਼ਿਸ਼ ਹੈ, ਸਿਮਰਨ ਕਰਦਾ ਇਹ ਵੀ ਬਖਸ਼ਿਸ਼ ਹੈ, ਪਾਠ ਕਰਦਾ ਇਹ ਵੀ ਬਖਸ਼ਿਸ਼ ਹੈ, ਪਰ ਕਹਿੰਦੇ ਹਰ ਵੇਲੇ ਗੁਰੂ ਨੂੰ ਹਾਜ਼ਰ ਆਪਣੇ ਕੋਲ ਸਮਝਣਾ ਇਹ ਬੜੀ ਵੱਡੀ ਬਖਸ਼ਿਸ਼ ਹੈ। ਅੱਜ ਕੇ ਆਖੋ ਸਾਧਨਾ, ਬਹੁਤ ਧਿਆਨ ਦੇਣਾ, ਬੜੀ ਵੱਡੀ ਬਖਸ਼ਿਸ਼ ਹੈ ਵੀ ਤੁਸੀਂ ਇਹ ਸਮਝੋ ਵੀ ਉਹ ਮੈਨੂੰ ਹਾਜ਼ਰ ਹੈ ਮੇਰੇ ਨਾਲ। ਤਾਂ ਹੀ ਪਤਾ ਨਹੀਂ ਤੁਸੀਂ ਅਰਦਾਸ ਕਹਿੰਦੇ ਹੋ ਨਾ, ਦਸਾਂ ਪਾਤਸ਼ਾਹੀਆਂ ਦੇ ਸਰੂਪ ਹਾਜ਼ਰ ਨਾਜ਼ਰ। ਆਪੋ ਸਤਨਾ, ਉਹ ਹਾਜ਼ਰ ਨਾਜ਼ਰ ਕਈ ਵਾਰੀ ਆਪਾਂ ਪੜ੍ਹਦੇ। ਤੀਜਾ ਬਚਨ ਮਹਾਂਪੁਰਸ਼ਾਂ ਦਾ ਖੋਜੀਆਂ ਦਾ, ਕਹਿੰਦੇ ਬਹੁਤੇ ਮਾੜੇ ਕੰਮ ਹੁੰਦੇ ਹੀ ਉਦੋਂ ਨੇ ਜਦੋਂ ਕੋਈ ਬੰਦਾ ਉਹਨੂੰ ਹਾਜ਼ਰ ਨਹੀਂ ਸਮਝ। ਗੱਜ ਕੇ ਆਖੋ ਸਤਨਾਮ। ਇਹ ਤੀਜੀ ਨਿਸ਼ਾਨੀ ਗੁਰਸਿੱਖ ਦੀ, ਇਕਾਂਤ ਵਿੱਚ ਵੀ ਮਾੜਾ ਕੰਮ ਕਰਨ ਤੋਂ ਡਰਦਾ। ਅਤੇ ਆਪ ਜੀ ਨੂੰ ਮੈਂ ਬੇਨਤੀ ਕੀਤੀ, ਇਹ ਤੀਜੀ ਨਿਸ਼ਾਨੀ ਤਾਂ ਹੀ ਖੁਸ਼ਬੋ ਆਏਗੀ ਜੇ ਇਹ ਪੌੜੀ ਚੜ੍ਹ ਜਾਓਗੇ, ਉਹ ਹਾਜ਼ਰ ਹੈ। ਇਹਨੂੰ ਦੂਜੇ ਬੰਨੇ ਨਾ ਖੜਨਾ। ਸਤਿਕਾਰਯੋਗ ਭਾਈ ਜੋਗਾ ਜੀ, ਹਕੋ ਸਤਨਾ, ਭਾਈ ਜੋਗਾ ਜੀ ਹੁਸ਼ਿਆਰਪੁਰ, ਮਾਫੀ ਦੇ ਦੇਣੀ, ਅਜੇ ਤੱਕ ਇਹ ਪੌੜੀ ਨਹੀਂ ਸੀ ਮਿਲੀ, ਮਨ ਇੱਥੇ ਹੀ ਸੀ ਕਲਗੀਆਂ ਲਾ ਆਨੰਦਪੁਰ ਸਾਹਿਬ, ਹਰ ਜਗ੍ਹਾ ਥੋੜ੍ਹੀ ਹੈ, ਵੇਖਦਾ ਥੋੜ੍ਹੀ ਹੈ। ਅਤੇ ਪੈਰ ਕਿੱਧਰ ਚਲੇ ਗਏ, ਵੇਸਵਾ ਦੇ ਬੂਹੇ। ਹੁਣ ਜਿੰਨੀ ਵਾਰੀ ਜਾਂਦਾ ਕੋ ਖੜਾ ਕੋ ਖੜਾ। ਚਲੋ ਮੈਂ ਗੱਲ ਨੂੰ ਲੰਬੇਰਾ ਨਹੀਂ ਕਰਨਾ, ਜਦੋਂ ਚੌਥੀ ਵਾਰੀ ਗਿਆ ਅਤੇ ਉਹ ਫਿਰ ਜਿਹੜਾ ਪਹਿਰੇਦਾਰ ਖੜਾ, ਉਹਨੇ ਆਖਿਆ, ਤੂੰ ਲੱਗਦਾ ਤਾਂ ਗੁਰੂ ਦਾ ਸਿੱਖ ਹੈ, ਨਰਕਾਂ ਨੂੰ ਆ ਰਿਹਾ? ਗੁਰੂ ਦਾ ਸਿੱਖ ਦੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਕਰਦਾ, ਕੀ ਆਖੇ ਕੰਗਾ ਕਿਰਪਾ, ਸੰਗ ਚੱਲੇਗਾ ਧਰਮ ਮਾਂ, ਕੀ ਆਖੇ ਕੜਾ ਕੇਸ ਕਛਹਿਰਾ, ਸਿੱਖਾ ਤੂੰ ਕੰਮ ਨਹੀਂ ਕਰਨਾ ਭੈੜਾ, ਇਹ ਪੰਜੇ ਕੱਕੇ ਧਾਰ ਕੇ ਤੂੰ ਝੂਠ ਬਣਾਇਆ ਠਾਠ, ਜਾ ਸਿੱਖਾ ਘਰ ਆਪਣੇ ਕਰ ਜਪਜੀ ਦਾ ਪਾਠ। ਹੋਸ਼ ਖੋਲ ਗਏ, ਮੈਂ ਕਿੱਧਰ ਜਾ ਰਿਹਾ? ਹੁਣ ਸੰਗਤ ਨੂੰ ਸਿਰਫ ਬੇਨਤੀ ਕਰ ਰਿਹਾ, ਅਜੇ ਆਹ ਪੌੜੀ ਨਹੀਂ ਸੀ ਮਿਲੀ, ਗੁਰੂ ਗੋਬਿੰਦ ਸਿੰਘ ਇੱਥੇ ਹੀ, ਉਹਦੀ ਹਾਜ਼ਰ ਦੀ ਪੌੜੀ ਮਿਲ ਜੇ ਤੇ ਇਕਾਂਤ ਵਿੱਚ ਮਾੜਾ ਕੰਮ ਨਹੀਂ। ਗੱਜ ਕੇ ਆਖੋ ਸਰ, ਬਚਾਓ ਜੀ। ਉਹ ਭਾਈ ਜੋਗਾ ਜਦੋਂ ਆਨੰਦਪੁਰ ਸਾਹਿਬ ਪਹੁੰਚੇ, ਮਹਾਰਾਜ ਜਾਣ ਕੇ ਝੋਕਾਂ ਲੈ ਰਹੇ, ਕੀ ਗੱਲ ਮਹਾਰਾਜ ਸੁੱਤੇ ਨਹੀਂ ਰਾਤੀ? ਕਲਗੀਧਰ ਕਹਿੰਦੇ, ਜਗਾਵੇਂ ਵੀ ਆਪ ਤੇ ਪੁੱਛੇ ਵੀ ਆਪ। ਮੈਂ ਮਹਾਰਾਜ ਕਦੋਂ ਜਗਾਇਆ, ਮੈਂ ਤਾਂ ਹੁਣੇ ਆਇਆ। ਗੁਰੂ ਗੋਬਿੰਦ ਸਿੰਘ ਜੀ ਕੀ ਆਖਿਆ, ਕਹਿੰਦੇ ਪੰਜਵੇਂ ਜਾਮੇ 'ਚ ਤੱਤੀਆਂ ਲਹੂਆਂ 'ਤੇ ਬੈਠੇ ਕੋਈ ਗੱਲ ਨਹੀਂ, ਤੱਤੀ ਦੇਗ ਚੁਬਲੇ ਕੋਈ ਗੱਲ ਨਹੀਂ, ਤੱਤੀ ਰੇਤ ਪਵਾਈ ਕੋਈ ਗੱਲ ਨਹੀਂ, ਨੌਵੇਂ ਜਾਮੇ 'ਚ ਸੀਸ ਦਿੱਤਾ ਚਾਂਦਨੀ ਚੌਂਕ ਕੋਈ ਗੱਲ ਨਹੀਂ, ਇਹ ਨਹੀਂ ਸੀ ਪਤਾ ਦਸਵੇਂ ਜਾਮੇ 'ਚ ਸਿੱਖੀ ਦੀ ਖਾਤਰ ਵੇਸਵਾ ਦੇ ਬੂਹੇ 'ਤੇ ਪਹਿਰਾ ਦੇਣਾ। ਆਖੋ ਸਤ, ਆਹ ਹੁਣ ਪੌੜੀ ਮਿਲੀ। ਮਹਾਰਾਜ ਤੁਸੀਂ ਸੀ
ਜੋਗਿਆ ਪਹਿਰਾ ਮੈਂ ਦੇ। ਹੁਣ ਸਾਰੇ ਦੱਸੋ ਜਦੋਂ ਆ ਪੌੜੀ ਮਿਲ ਗਈ ਵੀ ਇਹ ਹੁਸ਼ਿਆਰਪੁਰ ਵੀ ਆ ਜਾ ਰਹੇ, ਹਰ ਜਗ੍ਹਾ ਆ ਜਾ ਰਹੇ, ਫਿਰ ਕਿਧਰੇ ਇਤਿਹਾਸ ਚੋਂ ਤੁਹਾਨੂੰ ਆਹ ਲਫ਼ਜ਼ ਨਹੀਂ ਲੱਭਦੇ ਭਾਈ ਜੋਗਾ ਜੀ ਦਾ, ਫਿਰ ਉੱਤਮ ਜੀਵਨ ਬਣ ਗਿਆ ਜਦੋਂ ਆਹ ਪੌੜੀ ਮਿਲ ਗਈ ਉਹ ਹਾਜ਼ਰ ਹੈ, ਫਿਰ ਮਾੜੇ ਇਕਾਂਤ ਵਿੱਚ ਵੀ ਕੰਮ ਖਤਮ ਹੋ ਗਿਆ ਕੋ ਸਤਨਾਮ। ਗੁਰੂ ਅਰਜਨ ਦੇਵ ਜੀ, ਇਹ ਮੈਂ ਪੜ੍ਹਿਆ, ਗੁਰੂ ਅਰਜਨ ਦੇਵ ਜੀ ਕੋਲ ਕੁਝ ਸਿੱਖ ਆ ਗਏ ਤੇ ਆ ਕੇ ਕਹਿੰਦੇ ਆ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ। ਮਹਾਰਾਜ ਜੀ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ? ਕੋਈ ਉੱਠੇ ਨਾ, ਅਜੇ 10 ਮਿੰਟ ਕਹੋ ਦੇਣਾ। ਗੁਰੂ ਅਰਜਨ ਦੇਵ ਜੀ ਨੇ, ਇਹ ਤੁਸੀਂ ਹੁਣ ਸੁਣ ਕੇ ਹੈਰਾਨ ਹੋ ਜਾਓਗੇ ਤੇ ਅੱਜ ਇਹ ਭਾਵਨਾ ਲੈ ਕੇ ਜਾਣਾ। ਮੈਂ ਗੁਰੂ ਦੀ ਦੂਰੀ 'ਚ ਕਹਿੰਦਾ, ਮਲੇਸ਼ੀਆ ਚਲ ਜਾਓ, ਅਮਰੀਕਾ ਚਲ ਜਾਓ, ਇੰਗਲੈਂਡ ਚਲ ਜਾਓ, ਰੂਸ ਚਲ ਜਾਓ, ਚੀਨ ਚਲ ਜਾਓ, ਚੀਨ ਦੀਆਂ, ਰੂਸ ਦੀਆਂ, ਮਲੇਸ਼ੀਆ ਦੀਆਂ ਸੜਕਾਂ 'ਤੇ ਵੀ ਚੁਪਈ ਸਾਹਿਬ ਪੜ੍ਹ ਕੇ ਯਾਦ ਕਰ ਲਓਗੇ, ਗੁਰੂ ਗੋਬਿੰਦ ਸਿੰਘ ਉੱਥੇ ਵੀ ਪਹੁੰਚ ਜਾਣ, ਉੱਥੇ ਵੀ ਆ ਜਾ। ਬੇਨਤੀ ਕੀਤੀ ਕੁਛ ਸਿੱਖਾਂ ਨੇ, ਗੁਰੂ ਅਰਜਨ ਦੇਵ ਜੀ ਪਰਮੇਸ਼ਰ ਦੀ ਪ੍ਰਾਪਤੀ ਲਈ ਕੋਈ ਰਾਹ ਦਿਓ। ਐਵੇਂ ਪੰਕਤੀ ਪੜ੍ਹ ਕੇ ਮੇਰੇ ਕੰਨਾਂ ਨੂੰ ਹੱਥ ਲੱਗ ਗਏ, ਹੱਦ ਹੋ ਗਈ। ਮਹਾਰਾਜਾ ਗੁਰੂ ਅਰਜਨ ਦੇਵ ਜੀ ਨੇ ਉਹ ਜਵਾਬ ਦਿੱਤਾ। ਹੁਣ ਕਿੰਨੇ ਗੁਣ ਨੇ ਧਰਤੀ 'ਤੇ, ਕਿੰਨੇ ਗੁਣ ਨੇ, ਅਤੇ ਮਹਾਰਾਜ ਦਾ ਜਵਾਬ ਸੁਣਿਓ, ਸਾਰੇ ਗੁਣਾਂ ਤੋਂ ਉੱਤਮ ਗੁਣ। ਅਜਰਾ ਕਿਰਪਾ ਕਰਿਓ, ਸਗਲ ਗੁਣਾ ਗੁਣ ਉੱਤਮ, ਸਗਲ ਗੁਣਾ ਗੁਣ ਉੱਤਮ, ਸਗਲ ਗੁਣਾ ਗੁਣ ਉੱਤਮ, ਸਗਲ ਗੁਣਾ ਗੁਣ ਉੱਤਮ। ਬੋਲੋ ਭੈਣੋ, ਸਗਲ ਗੁਣਾ ਟਾਈਮ ਬਚਾਉਣ ਕਰਕੇ ਅਰਥ ਸਮਝ ਲੈਣਾ, ਸਗਲ ਗੁਣਾ ਗੁਣ ਉੱਤਮ। ਧਰਤੀ ਦੇ ਜਿੰਨੇ ਗੁਣ ਨੇ ਨਾ, ਗੁਰੂ ਅਰਜਨ ਦੇਵ ਜੀ ਕਹਿੰਦੇ ਪਰਮੇਸ਼ੁਰ ਨੂੰ ਮਿਲਣਾ ਚਾਹੁੰਦੇ ਹੋ, ਰੱਬ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਰਸਤਾ ਪੁੱਛਦੇ ਹੋ, ਕਹਿੰਦੇ ਆ ਸਾਰੇ ਗੁਣਾਂ ਤੋਂ ਉੱਤਮ ਗੁਣ ਹੈ, ਸਗਲ ਗੁਣਾ ਗੁਣ ਉੱਤਮ। ਪਰਤਾ ਦੂਰ ਨਾ ਪਿਖਰੀ, ਪਰਤਾ ਦੂਰ ਨਾ ਪਿਖਰੀ, ਪਰਤਾ 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 ਕਹਿੰਦੇ ਰੱਬ ਨੂੰ, ਸੁਣਿਆ ਰੱਬ ਨੂੰ, ਪਰਤਾ ਦੂਰ ਨਾ ਪਿਖਰੀ, ਸਗਲ ਗੁਣਾ ਗੁਣ ਉੱਤਮ, ਪਰਤਾ ਦੂਰ ਨਾ ਪਿਖਰੀ, ਸਾਰੇ ਗੁਣਾਂ ਤੋਂ ਉੱਤਮ ਗੁਣ ਹੈ, ਕਹਿੰਦੇ ਰੱਬ ਨੂੰ ਕਦੀ ਦੂਰ ਨਾ ਸੁਣ। ਫਿਰ ਤੈਨੂੰ ਝੂਠ ਬੋਲਦਿਆਂ ਵੀ ਡਰ ਲੱਗੂ, ਕਿਸੇ ਦਾ ਨੁਕਸਾਨ ਕਰਦਿਆਂ ਵੀ, ਜਿਹੜੇ ਗਮ ਇਕੱਲੇ ਹੁੰਦੇ ਨਾ ਸਾਡੇ ਕੋਲ, ਉਹ ਡਰ ਲੱਗੇਗਾ। ਉਹ ਕੋਲ ਹੈ ਭਰਤਾ ਦੂਰ ਨਾ ਭਿਖਰੀ, ਭਿਖ ਭਿਖਣਾ ਉਹਨੂੰ ਦੂਰ ਨਾ ਭੇਖ, ਭਰਤਾ ਦੂਰ ਨਾ ਭਿਖਰੀ, ਭਰਤਾ ਦੂਰ ਨਾ ਭਿਖਰੀ। ਅੱਗੇ ਭੈਣੋ, ਭਰਤਾ ਇਹ ਮਨ ਸੁੰਦਰੀ ਆਪਣਾ, ਹਰ ਨਾਮ ਮਜੀਠੇ ਰੰਗਰੀ। ਉਸ ਨਾਲ ਘਰ ਜਾ ਕੇ ਸ਼ਬਦ ਪੜ੍ਹ ਲਿਆ, ਇਹ ਅਲੱਗ ਅਲੱਗ ਮਹਾਰਾਜ ਨੇ ਫਿਰ ਰੱਬ ਦੀ ਪ੍ਰਾਪਤੀ ਦੇ ਰਾਹ ਦੱਸੇ ਆ।
ਤੇ ਸ਼ੁਰੂ ਇੱਥੋਂ ਹੁੰਦੇ ਨੇ ਸੰਤਾਂ ਕੀ ਹੋਏ ਦਾਸਰੀ ਪਹਿਲੀ ਆ ਰਾਹ ਦੱਸਿਆ ਸੰਤਾਂ ਕੀ ਹੋਏ ਦਾਸਰੀ ਇਹ ਅਚਾਰਾ ਸਿੱਖਰੀ ਦੂਜਾ ਰਾਹ ਰੱਬ ਦਾ ਦੱਸਿਆ ਸਗਲ ਗੁਣਾ ਗੁਣ ਉੱਤਮ ਭਰਤਾ ਦੂਰ ਨਾ ਪਿਖਰੀ ਤੀਜਾ ਰਾਹ ਦੱਸਿਆ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ ਤੇ ਚੌਥਾ ਰਾਹ ਵੇਖਿਓ ਜੀ ਤੁਹਾਡੇ ਅੱਜ ਦੇ ਵਿਸ਼ੇ ਨਾਲ ਰਲਦਾ ਚੌਥਾ ਰਾਹ ਤਿਆਗ ਸਿਆਣ ਪਚਾਤਰੀ ਤਿਆਗ ਸਿਆਣ ਚਾਤਰੀ ਤੂੰ ਜਾਣ ਗੋਪਾਲੇ ਸੰਗਰੀ ਉਹਨੂੰ ਗੋਪਾਲ ਨੂੰ ਸੰਗ ਜਾਣ ਤੂੰ ਜਾਣ ਗੋਪਾਲੇ ਸੰਗਰੀ ਭਰਤਾ ਦੂਰ ਨਾ ਪਿਖਰੀ ਤੂੰ ਜਾਣ ਗੋਪਾਲੇ ਸੰਗ ਜਿਹੜਾ ਉਹਨੂੰ ਸੰਗ ਜਾਣੇਗਾ ਮੈਂ ਕਹਿੰਦਾ ਕਿਸੇ ਨੂੰ ਚੂੰਡੀ ਵੱਢਣ ਤੋਂ ਵੀ ਡਰੇ ਝੂਠ ਬੋਲਣ ਤੋਂ ਵੀ ਡਰੇ ਇਹ ਤੀਜੀ ਨਿਸ਼ਾਨੀ ਇਕਾਂਤ ਵਿੱਚ ਵੀ ਮਾੜਾ ਕਰਮ ਕਰਨ ਤੋਂ ਗੁਰਸਿੱਖ ਡਰਦਾ ਉਹਨੂੰ ਚਾਨਣਾ ਹੋ ਜਾਂਦਾ ਜਿਹਦੇ ਨਾਲ ਮੈਂ ਮਾੜਾ ਕਰਨਾ ਉਹ ਭਾਵੇਂ ਨਾ ਵੇਖੇ ਪਰ ਗੁਰੂ ਵੇਖ ਲਏ ਪਰਮੇਸ਼ਰ ਤੁਸੀਂ ਮੇਰਾ ਖਿਆਲ ਇੱਕ ਵਿਚਾਰ ਸੁਣਦੇ ਹੁੰਦੇ ਸੀ ਕਿ ਇੱਕ ਮਹਾਂਪੁਰਸ਼ਾਂ ਦੇ ਦੋ ਚੇਲੇ ਸੀ ਦੋਵੇਂ ਹੀ ਕਾਫੀ ਸੇਵਾ ਕਰਦੇ ਸੀ ਉਹਨਾਂ ਨੇ ਹੁਣ ਗੱਦੀ ਦੇਣੀ ਸੀ ਉਹਨੂੰ ਸੇਵਾ ਸੰਭਾਲ ਦੇਣੀ ਸੀ ਕਿਹਨੂੰ ਚਾਬੀਆਂ ਦੇਈਏ ਕਿਹਨੂੰ ਸਾਰਾ ਕੁਝ ਸੌਂਪੀਏ ਸਾਡਾ ਟਾਈਮ ਪੂਰਾ ਹੋਣ ਵਾਲਾ ਉਹ ਕਹਿੰਦੇ ਚੈੱਕ ਕਰ ਲਈਏ ਅਵਸਥਾ ਇਹ ਗਾਥਾ ਸਮਝਾਉਣ ਲਈ ਕਹਿੰਦੇ ਇੱਕ ਇੱਕ ਕਬੂਤਰ ਦਿੱਤਾ ਸੇਵਕ ਨੂੰ ਉਹਨੂੰ ਇੱਕ ਉਹਨੂੰ ਕਹਿੰਦੇ ਇਹੋ ਜਿਹੀ ਜਗ੍ਹਾ 'ਤੇ ਮਾਰ ਕੇ ਲਿਆਓ ਜਿੱਥੇ ਕੋਈ ਨਾ ਵੇਖਦਾ ਹੋਵੇ ਹਾਕੋ ਸਤਨਾਮ ਚੈੱਕ ਕਰਦੇ ਵੀ ਕਿਹੜਾ ਸੇਵਕ ਉਹਦੇ 'ਚ ਤੀਜੀ ਨਿਸ਼ਾਨੀ ਆਈ ਹੈ ਕਿ ਨਹੀਂ ਸਿਰਫ ਇਸ਼ਾਰਾ ਰਹਿਣਾ ਹੁਣ ਇੱਕ ਗਿਆ ਉਹਨੇ ਵੇਖਿਆ ਇਕਾਂਤ ਜਗ੍ਹਾ ਕੋਈ ਨਹੀਂ ਵੇਖਣ ਡਿਆ ਉਹਨੇ ਮਾਰਤਾ ਕਬੂਤਰ ਇਹ ਗਾਥਾ ਇਹ ਨਾ ਸਮਝੋ ਖਾਣਾ ਜਾਇਜ਼ ਆ ਕੋ ਸਤਨਾ ਸਮਝਾਉਣ ਲਈ ਹੁਣ ਦੂਜਾ ਕਬੂਤਰ ਹੱਥ ਫੜਿਆ ਕਹਿੰਦਾ ਮੇਰੇ ਮਹਾਂਪੁਰਸ਼ਾਂ ਮੈਨੂੰ ਹੁਕਮ ਕੀਤਾ ਉੱਥੇ ਮਾਰ ਕੇ ਲਿਆ ਜਿੱਥੇ ਕੋਈ ਨਾ ਵੇਖਦਾ ਹੋਵੇ ਕਹਿੰਦਾ ਆਕਾਸ਼ 'ਤੇ ਕੋਇਲ ਉੱਡ ਰਹੀ ਹੈ ਵੇਖਦੀ ਪਈ ਹੈ ਹੋਰ ਜੀਵ ਜੰਤੂ ਵੇਖਦੇ ਪਏ ਅਤੇ ਕਹਿੰਦੇ ਗੁਫਾ 'ਚ ਵੜ ਗਿਆ ਹੁਣ ਗੁਫਾ 'ਚ ਜਾ ਕੇ ਕਹਿੰਦਾ ਮੈਨੂੰ ਕੋਈ ਨਹੀਂ ਵੇਖ ਰਿਹਾ ਉਹਨਾਂ ਨੇ ਕਿਹਾ ਸੀ ਉੱਥੇ ਮਾਰਨਾ ਜਿੱਥੇ ਕੋਈ ਨਾ ਵੇਖ ਰਿਹਾ ਹੋਵੇ ਅਤੇ ਜਦੋਂ ਉਹਨੂੰ ਮਾਰਨ ਲੱਗਾ ਕਹਿੰਦਾ ਮਹਾਂਪੁਰਸ਼ਾਂ ਕਿਹਾ ਸੀ ਕੋਈ ਨਾ ਵੇਖਦਾ ਹੋਵੇ ਪਰ ਹੱਦ ਹੋ ਗਈ ਜਿਹਨੂੰ ਮਾਰਨ ਲੱਗਾ ਉਹ ਹੀ ਮੈਨੂੰ ਵੇਖਦਾ ਪਿਆ ਜਿਹਨੂੰ ਮਾਰਨਾ ਉਹ ਮੇਰੇ ਵੱਲ ਵੇਖਦਾ ਕਹਿੰਦੇ ਜੇਬ 'ਚੋਂ ਪੱਟੀ ਕੱਢੀ ਕਬੂਤਰ ਦੇ ਅੱਖਾਂ 'ਤੇ ਪੱਟੀ ਮਾਰੀ ਇਹ ਵੀ ਨਾ ਵੇਖੇ ਹੁਣ ਉਹਨੂੰ ਫਿਰ ਮਾਰਨ ਲੱਗਾ ਵੀ ਹੁਣ ਕੋਈ ਨਹੀਂ ਵੇਖਦਾ ਪਿਆ ਕਹਿੰਦਾ ਹੱਦ ਹੋ ਗਈ ਮਹਾਂਪੁਰਸ਼ਾਂ ਨੇ ਕਿਹਾ ਸੀ ਉੱਥੇ ਮਾਰਨਾ ਜਿੱਥੇ ਕੋਈ ਨਾ ਵੇਖਦਾ ਹੋਵੇ ਪਰ ਕੋਈ ਵੇਖੇ ਨਾ ਵੇਖੇ ਮੈਂ ਇਹਦੇ ਵੱਲ ਵੇਖਦਾ ਪਿਆ ਗੱਜ ਕੇ ਆਖੋ ਸਾਥ ਵੀ ਮੈਂ ਵੇਖਦਾ ਪਿਆ ਇਹ ਗਾਥਾ ਸਮਝਾਉਣ ਲਈ ਕਹਿੰਦੇ ਕੀ ਕੀਤਾ ਆਪਣੀ ਅੱਖਾਂ 'ਤੇ ਵੀ ਪੱਟੀ ਬੰਨ ਲਈ ਵੀ ਨਾ ਹੁਣ ਮੈਂ ਵੇਖਦਾ ਪਿਆ ਨਾ ਇਹ ਮੇਰੇ ਵੇਖ ਮਾਰਨ ਲੱਗਾ ਨਾਲ ਹੀ ਕਹਿੰਦਾ ਮੈਂ ਕਥਾ ਸੁਣਦਾ ਉਹ ਕਣ ਕਣ ਵਿੱਚ ਘੱਟ ਘੱਟ ਵਿੱਚ ਪੱਥਰ ਵਿੱਚ ਜਲ ਵਿੱਚ ਥਲ ਵਿੱਚ ਕੀ ਕਰਾਂ ਕੀ ਕਰਾਂ ਉਹ ਹਰ ਜਗ੍ਹਾ ਮੌਜੂਦ ਹੈ ਇਹਨੂੰ ਕਿਵੇਂ ਮਾਰਾਂ ਅਜਾ ਇੱਕ ਮਿੰਟ ਕਿਰਪਾ ਕਰਿਓ ਸਤ ਸੁਣਦਾ ਸਤ ਵੇਖਦਾ ਓ ਸਤ ਸੁਣਦਾ ਭੈਣੋ
ਸਤ ਸੁਣਦਾ ਸਤ ਵੇਖਦਾ ਸਭ ਸੁਣਦਾ ਸਭ ਵੇਖਦਾ ਇਹ ਬਾਣੀ ਹੈ ਇਹ ਮਨ ਮਤ ਜਾਣੋ ਹਰ ਦੂਰ ਹੈ ਸਦਾ ਵੇਖ ਹਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ ਸ਼ਬਦ ਰਹਿਆ ਦੇਖੋ ਜੀ ਤੀਜੀ ਨਿਸ਼ਾਨੀ ਇਕਾਂਤ ਵਿੱਚ ਵੀ ਮਾੜੇ ਕੰਮ ਤੋਂ ਡਰੇ ਵੀ ਉਹ ਵੇਖਦਾ ਪੱਟੀ ਉਹਦੇ ਵੀ ਬੰਨਤੀ ਅੱਖਾਂ 'ਤੇ ਆਪਣੇ ਵੀ ਬੰਨ ਲਈ ਤਾਂ ਵੀ ਕਹਿੰਦਾ ਉਹ ਤਾਂ ਕਣ ਕਣ 'ਚ ਸੰਗਤ ਇਸ਼ਾਰਾ ਲਿਓ ਆ ਗਿਆ ਵਾਪਸ ਇੱਕ ਨੂੰ ਪੁੱਛਿਆ ਹਾਂ ਕਹਿੰਦਾ ਜੀ ਮੈਂ ਮਾਰ ਲਿਆ ਹਾਂ ਕਬੂਤਰ ਉੱਥੇ ਮਾਰਿਆ ਕੋਈ ਨਹੀਂ ਸੀ ਵੇਖ ਰਿਹਾ ਤੂੰ ਭਾਈ ਉਹਨੇ ਇਉਂ ਕਬੂਤਰ ਜੀਂਦਾ ਫੜਾਤਾ ਕਹਿੰਦਾ ਮਹਾਂਪੁਰਸ਼ੋ ਮਾਫ਼ੀ ਦੇਣੀ ਮਾਫ਼ੀ ਦੇਣੀ ਮੈਨੂੰ ਧਰਤੀ 'ਤੇ ਕੋਈ ਜਗ੍ਹਾ ਨਹੀਂ ਲੱਭੀ ਜਿੱਥੇ ਰੱਬ ਨਾ ਵੇਖਦਾ ਹੋਵੇ ਆਖੋ ਸਤਨਾਮ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ ਕਬੂਤਰ ਮਾਰਨਾ ਮਾੜਾ ਕਰਮ ਹੈ ਤੁਸੀਂ ਕਿਹਾ ਸੀ ਉੱਥੇ ਮਾਰੋ ਜਿੱਥੇ ਕੋਈ ਨਾ ਵੇਖਦਾ ਮੈਨੂੰ ਕੋਈ ਜਗ੍ਹਾ ਨਹੀਂ ਲੱਭੀ ਜਿੱਥੇ ਰੱਬ ਨਹੀਂ ਵੇਖਦਾ ਮਹਾਂਪੁਰਸ਼ਾਂ ਨੇ ਡੇਰੇ ਦੀਆਂ ਕੁੰਜੀਆਂ ਆਪਣੀ ਗੱਦੀ ਉਹਨੂੰ ਸੌਂਪਤੀ ਕਹਿੰਦੇ ਮੈਂ ਇਹੋ ਵੇਖਣਾ ਚਾਹੁੰਦਾ ਸਾਂ ਕਿਹੜਾ ਸੇਵਕ ਮੇਰਾ ਇਹ ਪੌੜੀ 'ਤੇ ਪਹੁੰਚ ਗਿਆ ਕਿ ਇਕਾਂਤ ਵਿੱਚ ਵੀ ਮਾੜੇ ਕੰਮ ਤੋਂ ਡਰੇ ਕਿ ਉਹ ਹਰ ਜਗ੍ਹਾ ਵੇਖਦਾ ਪਿਆ